ਦੋਸਤੋ ਅੱਜ ਮੈਂ ਤੁਹਾਡੇ ਨਾਲ ਇਸ ਲਈ ਰੂਬਰੂ ਹੋ ਰਿਹਾ ਵਾਂ ਕਿਉਂਕਿ ਅਸੀਂ ਚੰਦ ਦਿਨ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਲੈ ਕੇ ਅਸੀਂ ਬਰਗਾੜੀ ਤੋਂ ਫਰੀਦਕੋਟ ਇੱਕ ਪ੍ਰੋਟੈਸਟ ਮਾਰਚ ਅਨਾਊਂਸ ਕੀਤੀ ਸੀਗੀ। ਕੰਵਰ ਸੰਧੂ ਸਾਹਿਬ ਵੀ ਸੀ ਉਦਨ ਪ੍ਰੈਸ ਕਾਨਫਰੰਸ ਵਿੱਚ, ਔਰ ਇਹ ਪ੍ਰੋਟੈਸਟ ਮਾਰਚ ਸੀਗੀ 20 ਅਗਸਤ ਦੀ, ਯਾਨੀ ਕਿ ਪਰਸੋਂ ਦੀ ਸੀਗੀ। ਉਸ ਨੂੰ ਥੋੜ੍ਹਾ ਆਪਾਂ ਇਸ ਲਈ ਮੁਲਤਵੀ ਕਰ ਰਹੇ ਹਾਂ, ਪੋਸਟਪੋਨ ਕਰ ਰਹੇ ਹਾਂ, ਕਿਉਂਕਿ ਪੰਜਾਬ ਗਵਰਨਮੈਂਟ ਨੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਵਾ 24 ਤੋਂ ਲੈ ਕੇ 28 ਅਗਸਤ ਤੱਕ। ਹੈ ਤਾਂ ਵੈਸੇ ਲੱਗਦਾ ਕਿ 4-5 ਦਿਨ ਦਾ ਸੈਸ਼ਨ ਹੈ, ਅਸਲ ਵਿੱਚ ਇਹ 2 ਦਿਨ ਦਾ ਸੈਸ਼ਨ ਹੀ ਆ, ਕਿਉਂਕਿ 24 ਤਰੀਕ ਫਰਾਈਡੇ ਆ ਅਤੇ ਸ਼ੁੱਕਰਵਾਰ ਨੂੰ ਸਿਰਫ ਸ਼ਰਧਾਂਜਲੀਆਂ ਦੇ ਕੇ 15 ਮਿੰਟ ਸਦਨ ਉੱਠ ਜਾਵੇਗਾ। ਉਪਰੰਤ ਸ਼ਨੀਵਾਰ ਐਤਵਾਰ 2 ਛੁੱਟੀਆਂ ਹੁੰਦੀਆਂ ਨੇ, ਔਰ ਉਸ ਤੋਂ ਬਾਅਦ 2 ਦਿਨ ਦਾ ਸੈਸ਼ਨ ਬਕਾਇਆ ਰਹਿ ਜੂਗਾ ਸੋਮਵਾਰ ਅਤੇ ਮੰਗਲਵਾਰ ਦਾ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਾਂਗਰਸ ਗਵਰਨਮੈਂਟ ਉਸ 2 ਦਿਨ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੈ ਕੇ ਰਿਪੋਰਟ ਆਈ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਉਹਦੇ 'ਤੇ ਕੀ ਐਕਸ਼ਨ ਲੈਂਦੇ ਨੇ, ਕੀ ਡਿਸਕਸ਼ਨ ਕਰਦੇ ਨੇ, ਕਿੰਨਾ ਸਮਾਂ ਦਿੰਦੇ ਨੇ ਸਾਰੀਆਂ ਪਾਰਟੀਆਂ ਨੂੰ, ਔਰ ਉਹਦੇ 'ਤੇ ਬਾਅਦ ਵਿੱਚ ਉਹ ਕੀ ਐਕਸ਼ਨ ਲੈਂਦੇ ਨੇ। ਇਸ ਲਈ ਅਸੀਂ ਇਹ 20 ਅਗਸਤ ਵਾਲੀ ਪ੍ਰੋਟੈਸਟ ਮਾਰਚ ਨੂੰ ਥੋੜ੍ਹੇ ਸਮੇਂ ਵਾਸਤੇ ਮੁਲਤਵੀ ਕਰ ਰਹੇ ਹਾਂ, ਇਨਡੈਫੀਨੇਟਲੀ ਨਹੀਂ ਪੋਸਟਪੋਨ ਕਰ ਰਹੇ। ਅਸੀਂ ਪੰਜਾਬ ਗਵਰਨਮੈਂਟ ਦਾ ਰਵੱਈਆ ਦੇਖਣ ਉਪਰੰਤ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇ ਵਿੱਚ ਗਵਰਨਮੈਂਟ ਕੀ ਪੁਖਤਾ ਐਕਸ਼ਨ ਲੈਂਦੀ ਆ। ਬਹਿਬਲ ਕਲਾਂ ਗੋਲੀਕਾਂਡ ਜਿਹਦੇ 'ਚ 2 ਸਿੱਖ ਨੌਜਵਾਨ ਮਾਰੇ ਗਏ ਸੀਗੇ, ਔਰ ਦੂਸਰਾ ਬੁਰਜ ਜਵਾਹਰ ਸਿੰਘ ਵਾਲੇ ਤੋਂ ਲੈ ਕੇ ਜਿਹੜਾ ਬੇਅਦਬੀ ਸ਼ੁਰੂ ਹੋਈ ਔਰ ਜਿਹਨਾਂ ਜਿਹਨਾਂ ਨੇ ਲੋਕਾਂ ਨੇ ਕੀਤੀ, ਉਹਨਾਂ ਦੇ ਖਿਲਾਫ਼, ਦੋਸ਼ੀਆਂ ਦੇ ਖਿਲਾਫ਼ ਕੀ ਕਾਰਵਾਈ ਕਰਦੀ ਆ। ਇੱਕ ਮੌਕਾ ਮੈਂ ਸਮਝਦਾ ਕਿ ਕਾਂਗਰਸ ਗਵਰਨਮੈਂਟ ਨੂੰ ਲੋਕਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਆ, ਹਾਲਾਂਕਿ ਹੈ ਬਹੁਤ ਛੋਟਾ, ਮੈਨੂੰ ਲੱਗ ਰਿਹਾ ਵਾ ਕਿ ਉਹਦੇ 'ਚ ਕੁਛ ਨਹੀਂ ਨਿਕਲਣਾ, ਪਰੰਤੂ ਫਿਰ ਵੀ ਇਨ ਆਲ ਫੇਅਰਨੈਸ ਵੀ ਮਸਟ ਗਿਵ ਦ ਗਵਰਨਮੈਂਟ 1 ਚਾਂਸ। ਇਸ ਲਈ ਅਸੀਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਦੇਖਾਂਗੇ। ਔਰ ਕੱਲ੍ਹ ਮੈਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਖੁਲਾਸਾ ਕੀਤਾ ਗਿਆ, ਜਿਹੜੀ ਫਾਈਨਲ ਰਿਪੋਰਟ ਦਿੱਤੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ। ਕੱਲ੍ਹ ਦੀ ਟਾਈਮਸ ਆਫ ਇੰਡੀਆ ਅਖਬਾਰ ਦੇ ਵਿੱਚ ਫਰੰਟ ਪੇਜ ਸਟੋਰੀ ਸੀ ਲੱਗੀ ਕਿ 14 ਅਕਤੂਬਰ ਵਾਲੇ ਦਿਨ ਜਿੱਦਣ ਗੋਲੀ ਚੱਲਦੀ ਸਵੇਰੇ 6-7 ਵਜੇ ਉੱਥੇ ਬਹਿਬਲ ਕਲਾਂ, ਉੱਦਣ 2 ਵਜੇ ਤੜਕੇ 2 ਵਜੇ ਸਵੇਰੇ ਉਸ ਵਕਤ ਦੇ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ DGP ਸੁਮੇਧ ਸੈਣੀ ਨੂੰ ਫੋਨ ਕਰਦੇ ਨੇ। ਇਹ ਤਦ ਸੁਮੇਧ ਸਿੰਘ ਸੈਣੀ ਨੇ ਆਪਣੇ ਐਫੀਡੈਵਿਟ ਵਿੱਚ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤਾ ਗਿਆ। ਤਾਂ ਸਾਡਾ ਇਹ ਸ਼ੁਭਾ ਵਾ ਕਿ ਕਿਤੇ ਇਹ ਤਾਂ ਨਹੀਂ ਕਿ ਵੱਡੇ ਬਾਦਲ ਸਾਹਿਬ ਨੇ ਉਸ ਫਾਇਰਿੰਗ ਦੇ ਹੁਕਮ ਦਿੱਤੇ ਹੋਣ। ਲਾਠੀਚਾਰਜ ਵੀ ਹੋਇਆ, ਬਹੁਤ ਸਾਰੇ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ, ਬਹੁਤ ਸਾਰੇ ਲੋਕ, ਬਜ਼ੁਰਗ, ਔਰਤਾਂ ਜ਼ਖਮੀ ਹੋਈਆਂ। ਇਹ ਤੱਥ ਜਿਹੜੇ ਨੇ ਇਹ ਇੱਕ ਤਾਂ ਬਾਦਲ ਸਾਹਿਬ ਨੂੰ ਆਪ ਦੱਸਣੇ ਚਾਹੀਦੇ ਨੇ ਕਿ ਕੀ ਉਹਨਾਂ ਦੀ ਵਾਕਈ DGP ਨਾਲ ਉਸ ਰਾਤ ਉਸ ਤੜਕੇ ਸਵੇਰੇ 14 ਅਕਤੂਬਰ ਨੂੰ ਸਵੇਰੇ 2 ਵਜੇ ਗੱਲ ਹੋਈ ਸੀ, ਔਰ ਕਿੰਨੀ ਵਾਰ ਹੋਈ ਸੀਗੀ, ਔਰ ਕਾਹਦੇ ਵਾਸਤੇ ਹੋਈ ਸੀਗੀ। ਕਿਉਂਕਿ ਸਾਨੂੰ ਇਹ ਸ਼ੱਕ ਇਸ ਤਰ੍ਹਾਂ ਪੈਂਦਾ ਵਾ ਕਿ ਹੋ ਸਕਦਾ ਇਹਨਾਂ ਨੇ ਪੁਲਿਸ ਫਾਇਰਿੰਗ ਆਰਡਰ ਕੀਤੀ ਹੋਵੇ ਲਾਠੀਚਾਰਜ, ਕਿਉਂਕਿ ਅਕਾਲੀ ਦਲ ਦੀ ਸਰਕਾਰ 2015 ਅਕਤੂਬਰ 2015 ਤੋਂ ਲੈ ਕੇ 2017 ਤੱਕ ਇਹਨਾਂ ਨੇ ਕਿਸੇ ਪੁਲਿਸ ਵਾਲੇ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ। FIR ਜਿਹੜੀ ਸੀਗੀ ਉਹ ਅਣਪਛਾਤੇ ਲੋਕਾਂ ਦੇ ਖਿਲਾਫ਼ ਹੀ ਰਹੀ, ਹਾਲਾਂਕਿ ਪੁਲਿਸ ਵੱਲੋਂ ਕੈਟੇਗੋਰੀਕਲ ਫਾਇਰਿੰਗ ਹੋਈ, ਉਹਦੀ CCTV ਫੁਟੇਜ ਕਵਰੇਜ ਸੀਗੀ। ਜੇ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਮਜ਼ਦ ਕਰ ਸਕਦੇ ਪੁਲਿਸ ਵਾਲਿਆਂ ਨੂੰ, ਤਾਂ ਉਸ ਵੇਲੇ ਅਕਾਲੀ ਦਲ ਨੇ ਕਿਉਂ ਨਹੀਂ ਕੀਤਾ? ਔਰ ਜੇ ਰਣਵੀਰ ਸਿੰਘ ਖੱਟੜਾ DIG ਜਿਹੜੇ ਕਿ SIT ਦੇ ਇੰਚਾਰਜ ਬਣੇ, ਜਿਨ੍ਹਾਂ ਨੇ ਬੁਰਜ ਜਵਾਹਰ ਸਿੰਘ ਵਾਲੇ ਦੀ ਬੇਅਦਬੀ ਦਾ ਮਾਮਲਾ ਸੁਲਝਾਇਆ, ਜੇ ਉਹ ਕੱਢ ਸਕਦੇ ਆ, ਬੇਅਦਬੀ ਸੁਲਝਾ ਸਕਦੇ ਸੀਗੇ, ਤਾਂ ਬਾਦਲ ਸਾਹਿਬ ਦੀ ਸਰਕਾਰ ਨੇ ਕਿਉਂ ਨਹੀਂ ਸੁਲਝਾਇਆ ਔਰ ਲਗਾਤਾਰ ਦੋਸ਼ੀਆਂ ਨੂੰ ਬਚਾਉਣਾ? ਇਸ ਲਈ ਇਹ ਸ਼ੱਕ ਜਾਂਦਾ ਵਾ ਕਿ ਹੋ ਸਕਦਾ ਕਿਤੇ ਨਾ ਕਿਤੇ ਅਕਾਲੀ ਦਲ ਦੀ ਸਰਕਾਰ ਨੇ ਉਸ ਪੁਲਿਸ ਫਾਇਰਿੰਗ ਦੇ ਆਰਡਰ, ਅਗਰ ਇਹ ਗੱਲ ਆ, ਅਗਰ ਉਹਨਾਂ ਨੂੰ ਹੁਕਮ ਦਿੱਤੇ ਨੇ ਔਰ 2 ਸਿੱਖ ਨੌਜਵਾਨ ਮਰੇ ਨੇ ਔਰ ਲੋਕਾਂ ਦੇ ਉੱਤੇ ਲਾਠੀਚਾਰਜ, ਮੈਂ ਸਮਝਦਾ ਕਿ ਇਹ ਬਹੁਤ ਨਿੰਦਣਯੋਗ, ਅਖੌਤੀ ਪੰਥਕ ਸਰਕਾਰ ਹੋਵੇ ਅਤੇ ਆਪਣੇ ਹੀ ਨੌਜਵਾਨਾਂ ਨੂੰ ਮਾਰਦੇ, ਔਰ ਮਾਰੇ ਵੀ ਉਸ ਮੁੱਦੇ 'ਤੇ ਜਿਹਦੇ 'ਤੇ ਇੱਕ ਸਿੱਖ ਜਗਤ ਦੇ ਵਿੱਚ ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਦੇ ਜਿਹੜੇ ਹਿਰਦੇ ਸੀ ਉਹ ਵਲੁੰਦਰੇ ਹੋਏ ਸੀਗੇ। ਉਹਨਾਂ ਨੂੰ ਤਾਂ ਪੈਸੀਫਾਈ ਕਰਨਾ ਚਾਹੀਦਾ ਸੀਗਾ, ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦੇਣੀ ਚਾਹੀਦੀ ਸੀ, ਪਰੰਤੂ ਅਕਾਲੀ ਦਲ ਨੇ ਆਪਣਾ ਰੋਲ ਜਿਹੜਾ ਸੀ ਇੱਕ ਬਹੁਤ ਨੈਗੇਟਿਵ ਅਦਾ ਕੀਤਾ। ਇਸ ਲਈ ਇਹ ਸਾਰੇ ਮਸਲੇ 'ਤੇ ਅਸੀਂ ਇੰਤਜ਼ਾਰ ਕਰਾਂਗੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦਾ, ਕਿਉਂਕਿ ਅਮਰਿੰਦਰ ਸਿੰਘ ਜੀ ਵੀ ਨਜ਼ਰ ਆ ਰਹੇ ਨੇ ਉਸੇ ਰਾਹ 'ਤੇ ਨੇ। 4 ਆਦਮੀ ਪੁਲਿਸ ਵਾਲੇ ਤਾਂ ਨਾਮਜ਼ਦ ਕਰਤੇ ਜਿਹੜੇ ਰਿਪੋਰਟ 'ਚ ਆਏ ਨੇ, ਲੇਕਿਨ ਉਹਨਾਂ ਦੀ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ। ਆਫਟਰਆਲ 302 ਦਾ ਮੁਕੱਦਮਾ ਦਰਜ ਹੋਇਆ, 2 ਬੱਚੇ ਮਰੇ ਨੇ ਉੱਥੇ, ਅਤੇ ਨਾ ਹੀ ਦੂਜੇ ਪਾਸੇ ਜਿਹੜੀ ਜਾਂਚ ਹੈ ਰਣਵੀਰ ਸਿੰਘ ਖੱਟੜਾ ਦੀ SIT ਦੀ, ਉਹਦੇ ਵਿੱਚ ਵੀ ਲੋਜੀਕਲ ਕੰਕਲੂਜਨ 'ਤੇ ਜਾਂਚ ਨਹੀਂ ਜਾ ਰਹੀ। ਤੁਸੀਂ ਸਾਰੇ ਜਾਣਦੇ ਹਾਂ ਕਿ ਉਹ ਜਾਂਚ ਕਿੱਧਰ ਜਾ ਰਹੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰੰਤੂ ਇੱਕ ਵਾਰ ਫਿਰ ਅਸੀਂ ਮੌਕਾ ਦੇਵਾਂਗੇ ਕਾਂਗਰਸ ਗਵਰਨਮੈਂਟ ਨੂੰ। ਔਰ 24 ਤੋਂ 28 ਦਾ ਜਿਹੜਾ ਇਹ ਸੈਸ਼ਨ ਹੈ, ਹਾਲਾਂਕਿ ਇਸ ਸੈਸ਼ਨ ਦੇ ਵਿੱਚ ਮੇਰਾ ਖਿਆਲ ਹੈ 2 ਦਿਨਾਂ ਤੱਕ ਇਕੱਲੀ
ਬਰਗਾੜੀ ਦੀ ਰਿਪੋਰਟ ਹੀ ਮਸੀਂ ਡਿਸਕਸ ਹੋਊਗੀ, ਦੂਸਰੇ ਲੋਕਾਂ ਦੇ ਮੁੱਦੇ ਨੇ ਜਿਹੜੇ, ਚਾਹੇ ਉਹ ਨਸ਼ੇ ਨੇ, ਚਾਹੇ ਉਹ ਭ੍ਰਿਸ਼ਟਾਚਾਰ ਹੈ, ਚਾਹੇ ਉਹ ਜ਼ਹਿਰੀਲਾ ਪਾਣੀ ਹੈ, ਚਾਹੇ ਉਹ ਹਰ ਕਿਸਮ ਦਾ ਪੰਜਾਬ ਦੇ ਵਿੱਚ ਐਜੂਕੇਸ਼ਨ, ਹੈਲਥ ਕੇਅਰ, ਪਤਾ ਨਹੀਂ ਉਹ ਮੁੱਦੇ ਕਿੱਦਾਂ ਡਿਸਕਸ ਹੋਣਗੇ, ਕਿਉਂਕਿ 6 ਮਹੀਨਿਆਂ ਦੇ ਬਾਅਦ ਮਹਿਜ਼ 2 ਦਿਨ ਦਾ ਸੈਸ਼ਨ, ਇੱਕ ਕੋਝਾ ਮਜ਼ਾਕ ਆ ਸਾਡੇ ਉਸ ਪਵਿੱਤਰ ਸਦਨ ਦੇ ਨਾਲ, ਪਰ ਫਿਰ ਵੀ ਅਸੀਂ ਮੌਕਾ ਇੱਕ ਸਰਕਾਰ ਨੂੰ ਜ਼ਰੂਰ ਦਿਆਂਗੇ। ਸਾਰਿਆਂ ਦਾ ਮੈਂ ਇੱਥੇ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਔਰ ਜਿਹੜਾ ਨੈਕਸਟ ਪ੍ਰੋਗਰਾਮ ਅਸੀਂ ਅਨਾਊਂਸ ਕਰਾਂਗੇ, ਬਹੁਤ ਡਟ ਕੇ ਸਭ ਨੇ ਸਾਥ ਦੇਣਾ। ਅੱਜ ਤੱਕ ਤੁਸੀਂ ਜਿਹੜਾ ਸਾਥ ਸਾਡਾ ਦੇਈ ਚੱਲੇ ਆਉਂਦੇ ਹੋ, ਤੁਹਾਡੇ ਸਿਰ 'ਤੇ ਸਾਡੀ ਡੋਰ ਹੈ, ਤੁਸੀਂ ਸਾਡੀ ਬਹੁਤ ਮਦਦ ਕਰਦੇ ਹੋ, ਵਰਨਾ ਸਾਡੇ ਵਰਗੇ ਆਦਮੀਆਂ ਦੇ ਕੋਲ ਨਾ ਕੋਈ ਸਾਧਨ ਨਾ ਕੋਈ ਗੱਲ, ਤੁਸੀਂ ਸਾਰੇ ਕਰ ਰਹੇ। ਅੱਜ ਵੀ ਮੈਂ ਆਪਣੇ ਇਲਾਕੇ ਪਿੰਡ ਆਪਣੇ ਬੈਠਾ ਭੁਲਾ, ਸਾਡੀ ਸ਼ਾਮ ਨੂੰ 4 ਵਜੇ ਨਡਾਲਾ, ਸਾਡਾ ਇੱਕ ਵੈਡਿੰਗ ਵਿਲਾ ਪੈਲਸ ਹੈਗਾ ਸੁਭਾਨਪੁਰ ਰੋਡ ਦੇ ਉੱਤੇ ਨਡਾਲਾ, ਉੱਥੇ ਸਾਡੀ ਸ਼ਾਮ 4 ਵਜੇ ਮੀਟਿੰਗ ਆ। ਜਿਹੜੇ ਮੇਰੇ ਇਲਾਕੇ ਦੇ ਸੁਣ ਰਹੇ, ਤੁਸੀਂ ਜ਼ਰੂਰ ਦਰਸ਼ਨ ਦੇਣਾ। ਸਾਰੀ ਸਤਿਕਾਰਯੋਗ ਪੰਜਾਬੀਆਂ ਭੈਣਾਂ ਭਰਾਵਾਂ ਦਾ, ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦਾ, ਧੰਨਵਾਦ, ਥੈਂਕ ਯੂ।